सबको जय मसीह की। मैं जतिन बब्बर और आप देख रहे हैं मसीह परिवार चैनल। तो जैसे कि आप सब जानते हैं कि हम अपने चैनल पे मसीह परिवार चैनल पे अलग अलग पास्टर्स की वीडियो को अपलोड करते हैं। अगर आप भी अपनी वीडियोस को, अपनी मिनिस्ट्री की वीडियोस को, अपनी टेस्टिमनीज को हमारे चैनल मसीह परिवार चैनल पे अपलोड करवाना चाहते हैं तो आप हमारे नंबर पे कांटेक्ट कर सकते हैं 9041690174। तो अगर आपको हमारा चैनल अच्छा लगता है, अलग अलग पास्टर्स की वीडियो देखना अच्छा लगता है, ब्लेसिंग अगर आपको चाहिए तो आप हमारे चैनल को सब्सक्राइब कीजिए, लाइक कीजिए और वीडियो को ज़्यादा से ज़्यादा शेयर कीजिए। सबको
बड़े लोग सुनने दे आशीष नु प्राप्त यीशु मसीह दे नाम दे विच आमीन हालेलुया 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 जोरदार ताली अपने कमेंट्स करो जेड़ा परमेश्वर ने अपने नाम तो भी ज्यादा उस नु महत्व देता उस वचन नु सुनने जा रहे हालेलुया हालेलुया वो वचन जदों एक लेडीज बैठ के यीशु मसीह के चरणा दे विच उस वचन नु सुन रही थी ਉਹਦੀ ਭੈਣ ਆ ਕੇ ਕਹਿੰਦੀ ਪਰਮੇਸ਼ਵਰ ਇਹਨੂੰ ਚਿੰਤਾ ਨਹੀਂ ਹੈ ਮੈਂ ਕੰਮ ਦੇ ਵਿੱਚ ਫਸੀ ਇਹ ਵਚਨ ਸੁਣਨ ਦੀ ਔਰ ਪਰਮੇਸ਼ਵਰ ਨੇ ਕਿਹਾ ਸੀ ਕਿ ਇਸਨੇ ਉੱਤਮ ਭਾਗ ਚੁਣ ਲਿਆ ਹਾਲੇਲੂਇਆ ਹਾਲੇਲੂਇਆ ਉਹ ਹਿੱਸਾ ਆ ਜਿਹਨੂੰ ਪ੍ਰਭੂ ਯੀਸ਼ੂ ਮਸੀਹ ਨੇ ਉੱਤਮ ਕਿਹਾ ਹਾਲੇਲੂਇਆ ਹਾਲੇਲੂਇਆ ਵਚਨ ਉਹ ਆ ਜੋ ਪਰਮੇਸ਼ਵਰ ਆ ਪਰਮੇਸ਼ਵਰ ਵਚਨ ਆ ਔਰ ਵਚਨ ਪਰਮੇਸ਼ਵਰ ਆ ਹਾਲੇਲੂਇਆ 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 ਕੀ ਅਸੀਂ ਵਚਨ ਸੁਣਨ ਨੂੰ ਤਿਆਰ ਆ ਜੀ ਬਾਈਬਲ ਕਿਨੇ अज असीं देखदे आ इस संसार दे विच बहुत सारी दुनिया की कर रही है वो अपने एक आनंद नूं मना रही है अपनी एक खुशी नूं मना रही है लेकिन असी कित्थे इकट्ठे होए हालेलुया हालेलुया विच विच हालेलुया बोली जावांगी मैनूं पता लगे वी तुसीं मेरे नाल हालेलुया हालेलुया दाऊद नूं सारे जणे जाणदे आ दाऊद नूं हालेलुया हालेलुया किन्ने जणे दाऊद नूं जाणदे आ अपना हाथ उच्चा करो अगर आपां दाऊद नूं जाणदे आ ਦਾਊਦ ਸਾਡੇ ਸਾਡੇ ਇਤਿਹਾਸ ਦਾ ਸਾਡੀ ਬਾਈਬਲ ਦਾ ਇੱਕ ਮਹਾਨ ਰਾਜਾ ਹੋਇਆ ਹਾਲੇਲੂਇਆ ਹਾਲੇਲੂਇਆ ਜਿਹੜਾ ਆਪਣੇ ਰਾਜ ਨੂੰ ਪੂਰੀ ਤਰ੍ਹਾਂ ਜੀ ਕੇ ਗਿਆ ਹਾਲੇਲੂਇਆ ਹਾਲੇਲੂਇਆ ਕਿੰਨੇ ਲੋਕ ਦਾਊਦ ਨੂੰ ਜਾਣਦੇ ਆਪਣਾ ਹੱਥ ਉੱਚਾ ਕਰੋ ਮੈਂ ਦਾਊਦ ਨੂੰ ਜਾਣਦਾ ਮੈਂ ਕੁਰਸੀ ਤੇ ਚੜ ਕੇ ਵੀ ਹੱਥ ਉੱਚਾ ਕਰਦਾ ਕਿਉਂਕਿ ਮੈਂ ਬਹੁਤ ਜਾਣਦਾ ਦਾਊਦ ਨੂੰ ਹਾਲੇਲੂਇਆ ਹਾਲੇਲੂਇਆ ਜ਼ਿਆਦਾ ਜਾਣਨਾ ਚਾਹੀਦਾ ਸਾਨੂੰ ਜਦੋਂ ਦਾਊਦ ਦਾ ਰਾਜ ਅਭਿਸ਼ੇਕ ਹੋਇਆ ਨਾ ਜਦੋਂ ਉਹਨੂੰ ਰਾਜਾ ਬਣਾ ਦਿੱਤਾ ਤੇ ਉਹਦਾ ਰਾਜ ਅਭਿਸ਼ੇਕ ਕਰਨ ਦੇ ਲਈ ਉਹਨੂੰ ਜਦੋਂ ਮਹਿਲ ਦੇ ਵਿੱਚ ਲੈ ਕੇ ਜਾ ਰਹੇ ਸੀ ਉਹਨੇ ਕਿਹਾ ਕਿ ਮੈਨੂੰ ਕਿੱਥੇ ਲੈ ਕੇ ਜਾ ਰਹੇ ਕਹਿੰਦੇ ਰਾਜਾ ਤੈਨੂੰ ਮਹਿਲ ਦੇ ਵਿੱਚ ਲੈ ਕੇ ਜਾ ਰਹੇ ਉਹਨੇ ਕਿਹਾ ਮਹਿਲ ਦੇ ਵਿੱਚ ਬਾਅਦ 'ਚ ਪਹਿਲਾਂ ਮੈਨੂੰ ਮੇਰੇ ਖੁਦਾ ਦੇ ਘਰ ਦੇ ਵਿੱਚ ਲੈ ਕੇ ਚਲੋ ਜਿਹਨੇ ਮੈਨੂੰ ਰਾਜਾ ਬਣਾਇਆ ਹਾਲੇਲੂਇਆ ਅੱਜ ਅਸੀਂ ਬੇਟੇ ਦੇ ਜਨਮ ਦਿਨ ਤੇ ਇਕੱਠੇ ਹੋਏ ਹਾਂ ਕੀ ਨਾਮ ਆ ਕਰਨ ਹਾਲੇਲੂਇਆ ਹਾਲੇਲੂਇਆ ਕਰਨ ਦੇ ਜਨਮ ਦਿਨ ਤੇ ਇਕੱਠੇ ਹੋਏ ਹਾਂ ਔਰ ਬਹੁਤ ਅੱਛਾ ਇੱਕ ਸਾਡੇ ਲਈ ਮੌਕਾ ਆ ਕਿ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਜਾ ਰਹੇ ਹਾਂ ਕਿ ਬਾਈਬਲ ਦੇ ਵਿੱਚ ਲਿਖਿਆ ਜੋ ਤੂੰ ਖੁਸ਼ੀ ਕਰੇ ਔਰ ਜੋ ਹਰ ਕੰਮ ਕਰੇ ਤੂੰ ਆਪਣੇ ਪਰਮੇਸ਼ਵਰ ਯਹੋਵਾ ਨੂੰ ਯਾਦ ਰੱਖੀ ਹਾਲੇਲੂਇਆ ਹਾਲੇਲੂਇਆ ਪਲੀਜ਼ ਕਿਸੇ ਨੇ ਗੱਲ ਨਹੀਂ ਕਰਨੀ ਸਿਰਫ ਮੈਂ ਤੁਹਾਡੇ 15 ਮਿੰਟ ਲਵਾਂਗਾ ਔਰ ਇਹ 15 ਮਿੰਟ ਦੇ ਵਿੱਚ ਤੁਸੀਂ ਇੱਕ ਲਾਈਫ ਸਟਾਈਲ ਨੂੰ ਲੈ ਕੇ ਜਾਓਗੇ ਹਾਲੇਲੂਇਆ ਹਾਲੇਲੂਇਆ ਸਹੀ ਵੀ ਮਿਲੇਗਾ ਜਦ ਸਾਰੇ ਨੂੰ ਕੁਝ ਲਾਓ ਤੇ ਦਿਵਾਲੀ ਤੇ ਫ੍ਰੀ ਮਿਲਦੇ ਆ ਨਾ ਕੁਝ ਐਦਾਂ ਤੁਹਾਨੂੰ ਛੁੱਟੀ ਵੀ ਮਿਲੇਗਾ ਹਾਲੇਲੂਇਆ ਹਾਲੇਲੂਇਆ ਧਿਆਨ ਦਿਓ ਮੇਰੇ ਵੱਲ ਵਚਨ ਸਹਿਤਾ ਜਬੂਰ 127 ਦੀ 3 ਆਇਤ ਤੋਂ ਅਸੀਂ ਪੜਾਂਗੇ ਕਿਹੜਾ ਜਬੂਰ ਪੜਨ ਜਾ ਰਹੇ ਸੀ 127 ਦੀ ਬੋਲੋ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਤੁਸੀਂ ਮੇਰੇ ਨਾਲ ਹੋ ਹਾਂਜੀ ਜੀ ਦਰਾਂ ਮੈਂ ਇਕੱਲੇ ਵਜਾ ਸੁਣਾ ਕੇ ਚੱਲ ਜਾਵਾਂ ਹਾਲੇਲੂਇਆ ਹਾਲੇਲੂਇਆ ਇੱਕ ਇੱਕ ਗੱਲ ਯਾਦ ਰੱਖੀਓ ਤੁਸੀਂ ਸਾਰੇ ਮੇਰੇ ਤੋਂ ਏਜ ਦੇ ਵਿੱਚ ਵੱਡੇ ਹੋ ਆਪਾਂ ਸਾਰਿਆਂ ਨੇ ਵਿਆਹ ਦੇਖੇ ਆ ਵਿਆਹ ਦੇ ਵਿੱਚ ਜਦੋਂ ਮੁੰਡੇ ਦਾ ਜਿਹੜਾ ਡੈਡੀ ਹੁੰਦਾ ਸੀ ਨਾ ਉਹ ਪੈਸੇ ਸੁੱਟਦਾ ਹੁੰਦਾ ਸੀ ਜਦੋਂ ਤੇ ਨਿਆਣੇ ਆ ਲਿਟ ਲਿਟ ਕੇ ਉਹਨੂੰ ਚੁਗਦੇ ਹੁੰਦੇ ਸੀ ਦੇਖਿਆ ਨਾ ਸਾਰਿਆਂ ਨੇ ਚੁਗੇ ਵੀ ਹੋਣਗੇ ਇਹ ਇਦਾਂ ਦੇ ਮੋਤੀ ਆ ਜਿਹੜੇ ਪਰਮੇਸ਼ਵਰ ਦੇ ਮੋਤੀ ਅਖੀਰ ਜਵਰਾਤ ਨਾਲੋਂ ਜ਼ਿਆਦਾ ਕੀਮਤੀ ਆ ਇਹ ਅੱਜ ਮੈਂ ਤੁਹਾਡੇ ਤੇ ਬਿਖੇਰਨ ਜਾ ਰਿਹਾ ਚੱਕਣੇ ਤੁਸੀਂ ਆ ਹਾਲੇਲੂਇਆ ਹਾਲੇਲੂਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆ ਜਦੋਂ ਬੱਚਾ ਕੁਝ ਪੈਸੇ ਜਮ੍ਹਾਂ ਕਰ ਲੈਂਦਾ ਸੀ ਨਾ ਔਰ ਉਹਨੂੰ ਦੁਕਾਨ ਤੇ ਜਾ ਕੇ ਕੁਝ ਖਰੀਦਦਾ ਸੀ ਕੋਈ ਆਪਣੀ ਮਨਪਸੰਦ ਚੀਜ਼ ਲੈ ਲੈਂਦਾ ਸੀ ਅੱਜ ਅਗਰ ਤੁਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਇੱਥੋਂ ਸਮੇਟ ਕੇ ਜਾਓਗੇ ਤੇ ਮੈਂ ਤੁਹਾਨੂੰ ਦੱਸਦਾ ਜਿਹੜੀ ਮਰਜ਼ੀ ਆਸ਼ੀਸ਼ ਪਰਮੇਸ਼ਵਰ ਕੋਲੋਂ ਲੈ ਲਈਓ ਫਿਰ ਹਾਲੇਲੂਇਆ 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 ਠੰਡਾ ਜਾ ਹਾਲੇਲੂਇਆ ਕਿੰਨਾ ਜਬੂਰ ਅਸੀਂ ਪੜਨ ਜਾ ਰਹੇ ਬੋਲੋ ਜਬੂਰ 127 ਦੀ 127 ਦੀ 3 ਆਇਤ 3 ਆਇਤ ਵਰਗੇ ਹਨ ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ ਜਿਸ ਦਾ ਤਰਕਸ਼ ਉਹਨਾਂ ਦੇ ਨਾਲ ਭਰਿਆ ਹੋਇਆ ਹੈ उस नूं अपने वैरियां नूं जिहड़े समेशर विद्या नहीं होना पवेगा हालेलुया हालेलुया ओहदे विच लिखिया कि
बच्चे यहोवा दे वल्लों एक फल आ जो जवानी के टाइम के जो परमेश्वर सानू दिंदा लिखा वो इस तरह आ जिस तरह एक युद्ध करने के लिए बंदा जाता तो वो तरकश के बहुत सारे तीर होंगे शर्मिंदा होना पेगा वह हार जाएगा और बाइबल दे विच लिखिया कि बच्चे यहोवा वल्लों प्रतिफल आ और वो इस तरह है कि जिस तरह वीर के तरकश के तीर होंगे और उन्होंने अपने दुश्मन के सामने शर्मिंदा नहीं होना पेगा। हालेलुया हालेलुया गल याद रखियो साडा दुश्मन कोई भी शैतान नहीं है और सॉरी इंसान नहीं है असं देखा अगे किस तरह सू शर्मिंदा नहीं होना पैदा। हालेलुया मैं एक गल दसना चाहता तुम एक, 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 एक लड़का लड़की मैरिज करते हैं बहुत सारे लोग अच्छे बच्चे तरस रहे हैं लेकिन बाइबल च लिखा ये मनुख वालों नहीं परमेश्वर के वालों सू दते जाते हैं और अच्छ असं एक बच्चे के जन्मदिन के उत्ते इतने इकट्ठे हुए हैं। हालेलुया इन्हों एक परमेश्वर का गिफ्ट है एक ऐदा का गिफ्ट जो संसारिक किसी भी दुकान तो नहीं मिलता यह सिर्फ यहोवा वालों स्वर्गीय घर के मिलता। हालेलुया और लिखिया कि यह यहोवा के वालों एक आशीष है एक गिफ्ट है एक गॉड गिफ्ट है और ये बच्चे जड़े आ सू दिते गए साड़ी कोई अपनी कुबत नहीं है कितों से अभी लैके नहीं आते। हालेलुया लेकिन एक गल याद रखियो बाद सर्विस भी करवानी पैंती है वो टायर भी घस जाते हैं वह कोई होर चीज़ सू रिस्टोर करना पैंता बार बार उन्होंने और बच्चे की आ अगर खुदा ने सू बच्चे दे दते अज बच्चों के बारे भी आ और बच्चों के माँ बाप के बारे भी एक लाइफ स्टाइल आ मैं सिर्फ ये नहीं कह रहा कि बच्चे परमेश्वर के वालों एक फल आ ठीक है सू फल मिल गया बस ओके अगर खुदा ने कुछ दिता आ यदा मतलब वो मुल्यवान आ कोई ऐवी चीज़ नहीं हैगी। हालेलुया हालेलुया और अगर खुदा ने सानू कुछ दिता है तो सानू संभाल के किस तरीके से ना रखना चाहिए। अज बच्चे होंगे जो छोटे होंगे बड़े प्यारे लगते हैं चीका मारता कुछ करता सानू बहुत प्यारा लगता लेकिन जिदा जिदा बड़ा होंदा जांदा है वो साडे हाथों चो निकल जाता है। हालेलुया बच्चे नू रहना सिखाओ ता वो जीवन पर ये सब याद रखेगा। बच्चे नू रहना सिखाओ ता वो जीवन पर ये याद रखेगा। तनी मनुख गरीब मनुख उत्ते शासन करता है अते करजाई करजा देने वाले दा बार है ना बच्चे को उसका उसी मार्ग की शिक्षा दे जिसमें उसे चलना है और विद्या उनु शिक्षा दे ता वो अपनी जवानी की बुढ़ापे में भी उस वचना तो हटेगा नहीं वो जवानी के जो बड़े बड़े फैसले करेगा तेरी सलाह जरूर लेगा। हालेलुया असि उस गिफ्ट नु खुदा तो लेता लेने ना लेकिन उनु कोसी खुदा दे बारे कुछ दस दे ही असि तुम दस दे नहीं कि तेरा परमेश्वर कौन ना असि असि एक आयत बाइबल के विच पढ़ा कि व्यवस्था सार उसका 6 अध्याय उसका 6 से 7 वचन व्यवस्था विवरण जिन वचनों की आज्ञा तुझे दे रहा हूं वह तेरे मन में बनी रही और तुम उसको यतन पूर्वक अपने बाल बच्चों को सिखाना। हालेलुया हालेलुया यतन पूर्वक अपने बाल बच्चों को सिखाना और लेटते तथा उठते समय उनकी चर्चा किया करना। हालेलुया उन्हें पूछो सलमान खान की उम्र कितनी होगी वो भी दसूगा उन्हें पूछ के देखो एस्तर कौन सी उन्हें नहीं पता उसके ब्याह तो बाद बच्चे भी हो जाते हैं उन्होंने भी पुछ के देखो अजय देवगन कौन सी भी दसूगा उन्होंने दसो पुरानी तो पुराने एक्टर बारे पुछो तो दसेगा लेकिन उन्होंने बाइबल के पिछों पुछो वो बाप को भी पुछो एस्तर कौन सी रूथ कौन सी अब शलोन कौन सी उन्होंने पता ही नहीं है क्यों क्योंकि असी शिक्षा उन्होंने दी ही नहीं। हालेलुया अगर असी अपने बच्चों उस बाइबल की उस परमेश्वर की शिक्षा देवे लिखिया वो बुढ़ा जवानी तक ही बुढ़ापे जाके भी नहीं हटेगा उतो। हालेलुया जो दाऊद ने देखते हैं परमेश्वर ने दाऊद की एक चाहत थी कि परमेश्वर ने तेरे लिए एक भवन बनाना चाहता और परमेश्वर ने मना किया कि तू मेरे लिए भवन नहीं बनाएगा तेरा बेटा बनाएगा और दाऊद की करके गया दाऊद शांत नहीं रह गया उन्हें हीरे जवाहरात मोती तांबा बहुत सारी लकड़ी इकट्ठी करने स्टार्ट कर दे क्योंकि उन्होंने पता सी मेरे बेटे ने भवन बनाना उन्हें जायदाद इकट्ठी करके दी अज असी की करते साढ़े दो बच्चे हो जाते एक प्लाट होर लैन की तैयारी के रहने काम करते ओवर टाइम करते क्योंकि प्लाट लै लिए इन्हों गांह मंगना ब्याहना भी आ लेकिन असं यह नहीं सोचते कि इन्होंने बच्चों को अगर अभी यहोवा की शिक्षा ना दी तो इन्होंने एक दिन इस धरती तो वापस अपने परमेश्वर के कोल जाना आ और अगर ये वापस जान गए तो असं उसको नरक के ना चले जाते असी अपना बच्चों का फ्यूचर इतने का बनाने की कोशिश करते हैं पर उत्थे जिथे सदा का फ्यूचर उ नहीं बनाने की कोशिश करते बाइबल के इतिहास गवाया रूथ की सच ने नियोमी ने रूथ को शिक्षा दी
जिहदे नाल उहदा भविष्य महान होया और दाऊद वर्गे नस्ल उहदे विचों निकली, यीशु वर्गे नस्ल उहदे विचों निकली। मुर्दकई एस्तर दा जिहड़ा चाचे दा भरा सीगा उहने एस्तर नूं शिक्षा दित्ती, उहने और उहदी उह शिक्षा ते चलिया और बहुत सारे यहूदी लोग मरण तों बचा लिया उहनां ने। हालेलुया हालेलुया। असीं बाइबल च देखदे जदों यीशु मसीह दा जन्म होया और छोटे सीगे ना, राजा हेरोदेस नूं पता लग्गिया कि यीशु मसीह पैदा होए आ। हालेलुया हालेलुया। और जदों उहने देखिया ਉਹ ਇੰਨਾ ਪ੍ਰਸੰਨ ਹੋ ਗਿਆ, ਉਹਨੇ ਕਿਹਾ ਬੇਟੀ ਮੰਗ ਜੋ ਮੰਗਣਾ ਚਾਹੁੰਦੀ ਹੈ ਮੈਂ ਤੈਨੂੰ ਅੱਧਾ ਰਾਜ ਤੱਕ ਦਾਂਗਾ। ਬੇਟੀ ਨੇ ਕੀ ਕੀਤਾ? ਹਾਲੇਲੂਇਆ ਹਾਲੇਲੂਇਆ। ਬੇਟੀ ਆਪਣੀ ਮਾਂ ਦੇ ਕੋਲ ਭੱਜ ਗਈ। ਇਹ ਕੋਈ ਇਤਫਾਕ ਸੀ? ਆਪਣੀ ਮਾਂ ਨੂੰ ਪੁੱਛਣ ਗਈ ਕਿ ਮਾਂ ਮੈਂ ਕੀ ਮੰਗਾ? ਰਾਜਾ ਇੰਨਾ ਖੁਸ਼ ਹੋ ਗਿਆ, ਉਹ ਕਹਿੰਦਾ ਅੱਧਾ ਰਾਜ ਵੀ ਮੈਂ ਤੈਨੂੰ ਦੇ ਦਾਂਗਾ, ਮੈਂ ਮੰਗਾ ਕੀ? ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਸੀ ਉਹਦੀ ਬੇਟੀ ਭੱਜ ਗਈ ਉਹਦੇ ਕੋਲ ਚੱਲ ਗਈ। ਉਹਨੇ ਉਹਨੂੰ ਸਿਖਾਇਆ ਸੀਗਾ ਕਿ ਮੇਰੀ ਮਰਜ਼ੀ ਤੋਂ ਬਿਨਾਂ ਤੂੰ ਕੁਛ ਵੀ ਨਹੀਂ ਕਰਨਾ, ਤੂੰ ਮੇਰੀ ਸਲਾਹ ਲੈਣੀ ਆ। ਉਹਨੇ ਆਪਣੀ ਬੇਟੀ ਦੇ ਅੰਦਰ ਕੁੱਟ ਕੁੱਟ ਕੇ ਇਹਨਾਂ ਚੀਜ਼ਾਂ ਨੂੰ ਪਾਇਆ ਸੀ। ਇਸੇ ਕਰਕੇ ਉਹਨੇ ਆਪਣੀ ਮਾਂ ਦੇ ਕਹਿਣ ਦੇ ਅਨੁਸਾਰ ਇੱਕ ਨਬੀ ਦਾ ਸਿਰ ਮੰਗ ਲਿਆ। ਔਰ ਮਾਂ ਉਹ ਬੇਟੀ ਜਦੋਂ ਉਹਦੀ ਮਾਂ ਨੇ ਕਿਹਾ ਕਿ ਨਬੀ ਦਾ ਸਿਰ ਲੈ ਕੇ ਆਈ, ਉਹਨੇ ਇਨਕਾਰ ਨਹੀਂ ਕੀਤਾ। ਹਾਲੇਲੂਇਆ ਹਾਲੇਲੂਇਆ। ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਮੂਸਾ ਬੜਾ ਛੋਟਾ ਸੀ ਨਾ, ਔਰ ਉਹ ਫਿਰਾਉਨ ਦੀ ਭੈਣ ਨੂੰ ਮਿਲ ਗਿਆ, ਤੇ ਲਿਖਿਆ ਮੂਸਾ ਦੀ ਮਾਂ ਨੂੰ ਉੱਥੇ ਦੁੱਧ ਪਿਲਾਉਣ ਲਈ ਬੁਲਾਇਆ ਗਿਆ। ਉਹਨੇ ਸਿਰਫ ਦੁੱਧ ਹੀ ਨਹੀਂ ਪਿਲਾਇਆ, ਵਚਨ ਘੋਲ ਘੋਲ ਕੇ ਆਪਣੇ ਦੁੱਧ ਦੇ ਵਿੱਚ ਉਹਨੂੰ ਪਿਲਾਏ ਔਰ ਉਹਨੂੰ ਇਹ ਦੱਸ ਦਿੱਤਾ ਕਿ ਤੂੰ ਇਜ਼ਰਾਈਲੀ ਆ, ਤੂੰ ਮਿਸਰੀ ਨਹੀਂ ਆ। ਘੋਲ ਘੋਲ ਕੇ ਉਹਦੇ ਦਿਮਾਗ ਦੇ ਵਿੱਚ ਇਹ ਪਾਤਾ। ਇਸੇ ਲਈ ਜਦੋਂ ਉਹ ਵੱਡਾ ਹੋ ਗਿਆ, ਉਹਨੇ ਇਜ਼ਰਾਈਲੀ ਨੂੰ ਮਿਸਰੀ ਨੂੰ ਇਜ਼ਰਾਈਲੀ ਨੂੰ ਮਾਰਦੇ ਹੋਏ ਦੇਖਿਆ ਨਾ, ਉਹਦਾ ਖੂਨ ਖੋਲ ਗਿਆ। ਉਹਨੂੰ ਇਸੇ ਐਵੇਂ ਨਹੀਂ ਕਿਸੇ ਨੇ ਕਹਿ ਦਿੱਤਾ ਸੀਗਾ, ਜਦੋਂ ਬੱਚਾ ਆਇਆ ਤੁਸੀਂ ਉਹਨੂੰ ਕਿਸੇ ਛੱਡ ਦਿਓ ਆਪਣੇ ਰਿਸ਼ਤੇਦਾਰ ਦੇ, ਉਹ ਤੁਹਾਡੇ ਵੱਲ ਦਾ ਨਹੀਂ ਉਹਨਾਂ ਵੱਲ ਦਾ ਹੀ ਹੋਏਗਾ। ਅਗਰ ਉਹ ਬਚਪਨ ਦੇ ਵਿੱਚ ਇੱਦਾਂ ਦੀ ਜ਼ਿੰਦਗੀ ਜੀਆ ਸੀ ਰਾਜਿਆਂ ਵਾਲੀ, ਉਹਨੇ ਮਿਸਰੀਆਂ ਵੱਲ ਹੀ ਹੋਣਾ ਸੀ, ਲੇਕਿਨ ਉਹਦੀ ਮਾਂ ਨੇ ਉਹਨੂੰ ਉਹਦੇ ਵਿੱਚ ਇੱਦਾਂ ਦੇ ਸੰਸਕਾਰ, ਇੱਦਾਂ ਦੇ ਵਚਨ ਪਾ ਦਿੱਤੇ ਸੀ ਕਿ ਉਹਦੇ ਅੰਦਰ ਉਹ ਅੱਗ ਜਿਹੜੀ ਸੀਗੀ ਨਾ, ਉਹ ਪਨਪਦੀ ਰਹਿੰਦੀ ਸੀਗੀ। ਔਰ ਜਦੋਂ ਉਹਨੇ ਆਪਣੇ ਭਰਾ ਦੇ ਉੱਤੇ ਜ਼ੁਲਮ ਹੁੰਦਾ ਹੋਇਆ ਦੇਖਿਆ, ਉਹਨੂੰ ਮਿਸਰੀ ਨੂੰ ਗਲ ਘੁੱਟ ਕੇ ਮਾਰ ਦਿੱਤਾ। ਹਾਲੇਲੂਇਆ ਹਾਲੇਲੂਇਆ। ਮੂਸਾ ਦੀ ਮਾਂ ਉਹਨੂੰ ਸ਼ਿਕਸ਼ਾ ਦਿੰਦੀ ਸੀ, ਤਾਂ ਹੀ ਉਹ ਮੂਸਾ ਸੀ। ਅਗਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਬਚਨ ਦੀ ਸ਼ਿਕਸ਼ਾ ਦੇਈਏ, ਤੇ ਸਾਡੇ ਬੱਚੇ ਆਉਣ ਵਾਲੇ ਪ੍ਰੋਫਿਟ ਪ੍ਰੇਰਿਤ ਹੋਣਗੇ, ਉਹ ਆਉਣ ਵਾਲੇ ਇੱਦਾਂ ਦੇ ਪਰਮੇਸ਼ੁਰ ਦੇ ਜਨ ਹੋਣਗੇ ਕਿ ਉਹ ਪਰਮੇਸ਼ੁਰ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਨਗੇ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਅਸੀਂ ਲਾਸਟ ਆਇਤ ਦੇ ਵਿੱਚ ਕੀ ਪੜ੍ਹਿਆ ਭਜਨ ਸਹਿਤਾ ਦੀ, ਕਿ ਉਹ ਆਪਣੇ ਦੁਸ਼ਮਣ ਦੇ ਸਾਹਮਣੇ ਲੱਜਿਤ ਨਹੀਂ ਹੋਏਗਾ। ਹਾਲੇਲੂਇਆ ਹਾਲੇਲੂਇਆ। ਲੱਜਿਤ ਨਹੀਂ ਹੋਣਾ ਪਵੇਗਾ, ਤੁਹਾਨੂੰ ਕਿਸੇ ਸਾਹਮਣੇ ਲੱਜਿਤ ਨਹੀਂ ਹੋਣਾ ਪਵੇਗਾ। ਸ਼ੈਤਾਨ ਵੀ ਨਹੀਂ ਕਹੇਗਾ ਕਿ ਦੇਖੋ ਇਹ ਪਰਮੇਸ਼ੁਰ ਤੇਰੇ ਹੀ ਬੱਚੇ ਆ, ਤੇਰੇ ਪਾਸਟਰ ਦੇ ਬੱਚੇ ਆ, ਪਾਸਟਰ ਦੇ ਬੱਚੇ ਆ, ਦੇਖੇ ਆਪ ਹੀ ਵਿਆਹ ਕਰਾਉਂਦੇ, ਆਪ ਹੀ ਸਾਰਾ ਕੁਛ ਕਰਦੇ। ਸ਼ੈਤਾਨ ਸਾਹਮਣੇ ਵੀ ਲੱਜਿਤ ਨਹੀਂ ਹੋਣਾ ਪਵੇਗਾ, ਔਰ ਪਰਮੇਸ਼ੁਰ ਸਾਹਮਣੇ ਵੀ ਸਾਨੂੰ ਲੱਜਿਤ ਨਹੀਂ ਹੋਣਾ ਚਾਹੀਦਾ। ਆਪਣੇ ਬੱਚੇ ਨੂੰ ਅੱਛੇ ਸਕੂਲ ਦੇ ਵਿੱਚ ਅਸੀਂ ਪੜ੍ਹਾਉਂਦੇ ਹਾਂ ਤਾਂ ਅੱਛਾ ਭਵਿੱਖ ਦਿੰਦੇ ਹਾਂ, ਅੱਛਾ 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 ਜਿੰਨਾ ਅੱਛਾ ਕਰ ਸਕਦੇ ਹਾਂ। ਲੇਕਿਨ ਅਗਰ ਅਸੀਂ ਉਹਨੂੰ ਇੱਦਾਂ ਦਾ ਵਚਨ ਦਈਏ ਜੋ ਕਿ ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੇਰੇ ਇੱਕ ਬ੍ਰਦਰ ਸੀਗੇ, ਉਹਨਾਂ ਦਾ ਬੇਟਾ ਮੇਰੇ ਜਿੱਡਾ ਸੀ, ਜਵਾਨ ਸੀਗਾ, ਉਹ ਬਾਈਬਲ ਬਹੁਤ ਪੜ੍ਹਦਾ ਸੀ, ਬਹੁਤ ਦੋ ਦੋ ਤਿੰਨ ਤਿੰਨ ਘੰਟੇ ਬਾਈਬਲ ਪੜ੍ਹਦਾ ਸੀ, ਲੇਕਿਨ ਦੁਆ ਉਹ ਇੱਕ ਮਿੰਟ ਵੀ ਨਹੀਂ ਸੀ ਕਰਦਾ। ਮੈਂ ਉਹਦੇ ਨਾਲ ਇਸ ਤਰ੍ਹਾਂ ਬੈਠਾ ਹਾਂ, ਉਹਨੇ ਆਪਣੀ ਵਾਈਫ ਨੂੰ ਫੋਨ ਕੀਤਾ, ਆਪਣੀ ਪਤਨੀ ਨੂੰ ਕਹਿ ਰਿਹਾ ਇਹਦਾ ਰੋਟੀ ਪਾਣੀ ਬੰਦ ਕਰ ਦੇ। ਉਹ ਜਵਾਨ ਸੀ, ਬੱਚਾ ਨਹੀਂ ਸੀ, ਕਹਿੰਦਾ ਇਹਦਾ ਰੋਟੀ ਪਾਣੀ ਬੰਦ ਕਰ ਦੇ, ਮਰ ਨਹੀਂ ਜਾਊਗਾ ਇਹ। ਇੰਨੇ ਕਠੋਰ ਸ਼ਬਦਾਂ ਦੇ ਨਾਲ ਉਹਨੇ ਕਿਹਾ। ਮੈਂ ਕੋਲ ਬੈਠਾ, ਮੈਂ ਸੋਚ ਰਿਹਾ ਸੀ ਅਗਰ ਕਿਸੇ ਪੰਜਾਬੀ ਕੋਈ ਹੁੰਦਾ ਉਹਨੇ ਕਹਿੰਦਾ ਕੋਈ ਗੱਲ ਨਹੀਂ, ਦੁਆ ਵੀ ਕਰ ਦਿਆ ਕਰੋ, ਕੋਈ ਗੱਲ ਨਹੀਂ, ਜਵਾਨ ਆ ਹਾਲੇ ਤਾਂ ਹੀ, ਕੋਈ ਗੱਲ ਨਹੀਂ। ਉਹਨੇ ਕਹਿੰਦਾ ਰੋਟੀ ਪਾਣੀ ਬੰਦ ਕਰਦੇ, ਮਰਦੀ ਚੱਲਾਂ, ਕਿਉਂਕਿ ਜਦ ਤੱਕ ਦੁਆ ਨਹੀਂ ਕਰੇਗਾ ਤੈਨੂੰ ਰੋਟੀ ਨਹੀਂ ਮਿਲਣੀ। ਔਰ ਮੈਂ ਹੈਰਾਨ ਸੀ, ਮੈਂ ਕਿਹਾ ਇਹ ਚੀਜ਼ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ। ਹਾਲੇਲੂਇਆ ਹਾਲੇਲੂਇਆ। ਸਾਡੀਆਂ ਸੰਗਤੀਆਂ ਅਗਰ ਖੁਦ ਪਰਮੇਸ਼ੁਰ ਦੇ ਨਾਲ ਆ ਤਾਂ ਸਾਡੇ ਬੱਚੇ ਵੀ ਪਛਾਣਣਗੇ। ਬਾਈਬਲ ਦੇ ਵਿੱਚ ਲਿਖਿਆ ਉੱਠਦੇ ਬੈਠਦੇ ਚੱਲਦੇ ਫਿਰਦੇ ਤੂੰ ਆਪਣੇ ਪਰਮੇਸ਼ੁਰ ਦੀ ਚਰਚਾ ਆਪਣੇ ਬੱਚਿਆਂ ਦੇ ਨਾਲ ਕਰੇ। ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਨਾ, ਉਹ ਲੋਕਾਂ ਨੂੰ ਬੱਚਿਆਂ ਨੂੰ ਇਕੱਠੇ ਕਰਕੇ ਬਾਤਾਂ ਪਾਉਂਦੇ ਹੁੰਦੇ ਸੀ, ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਉਹ ਵੀ ਭੱਜੇ ਭੱਜੇ ਆਉਂਦੇ ਹੁੰਦੇ ਸੀ, ਅਸੀਂ ਕਹਾਣੀ ਸੁਣੀ ਹੈ। ਇਸੇ ਤਰ੍ਹਾਂ ਸਾਨੂੰ ਜ਼ਰੂਰਤ ਆ ਕਿ ਆਪਣੇ ਬੱਚਿਆਂ ਨੂੰ ਕੋਲ ਬਿਠਾਈਏ, ਉਹਨਾਂ ਨੂੰ ਬਾਈਬਲ ਦੇ ਬਾਰੇ ਦੱਸੀਏ, ਉਹਨਾਂ ਨੂੰ ਦੱਸੀਏ ਦਾਊਦ ਕੌਣ ਸੀ, ਦਾਨੀਅਲ ਕੌਣ ਸੀਗੀ, ਸ਼ਦਰਕ ਮੇਸ਼ਕ ਉਹਨੀ ਕੌਣ ਸੀਗੇ, ਇਬਰਾਹਿਮ ਕੌਣ ਸੀਗਾ, ਇਸਹਾਕ ਕੌਣ ਸੀਗਾ, ਦਾਊਦ ਦੇ ਕਿੰਨੇ ਬੱਚੇ ਸੀਗੇ, ਸਭ ਕੁਛ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ। ਹਾਲੇਲੂਇਆ ਹਾਲੇਲੂਇਆ। ਅਸੀਂ ਅਗਰ ਇੱਕ ਬੰਦਾ ਯੋਧਾ ਹੋਵੇ ਨਾ, ਆਪਣੇ ਬੱਚੇ ਨੂੰ ਮੋੜੇ, ਰਾਜੇ ਦਾ ਬੱਚਾ ਜਿਹੜਾ ਰਾਜਾ ਹੈ, ਅਗਰ ਰਾਜਾ ਇੱਕ ਯੋਧਾ ਹੈ ਤਾਂ ਆਪਣੇ ਬੱਚੇ ਨੂੰ ਛੋਟੇ ਹੁੰਦੇ ਹੀ ਪੜ੍ਹਾਈ ਵੀ ਕਰਾਉਂਦਾ ਅਤੇ ਤਲਵਾਰਬਾਜ਼ੀ ਵੀ ਸਿਖਾਉਂਦਾ ਹੈ। ਅਗਰ ਅਸੀਂ ਇਹ ਤਲਵਾਰ ਆਪਣੇ ਬੱਚਿਆਂ ਨੂੰ ਚਲਾਉਣੀ ਸਿਖਾ ਦਿੱਤੀ ਹਾਂ ਤਾਂ ਕੋਈ ਸ਼ੈਤਾਨ ਸਾਨੂੰ ਬੰਨ ਨਹੀਂ ਸਕਦਾ। ਹਾਲੇਲੂਇਆ ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਕਿ ਇਹ ਵਚਨ ਤੇਰੇ ਮੱਥੇ ਦੇ ਵਿੱਚ ਟਿੱਕੇ ਦੇ ਸਮਾਨ ਹੋਵੇ ਅਤੇ ਤੇਰੇ ਹੱਥ ਦੇ ਉੱਤੇ ਬੰਨਣ ਵਾਲੇ ਇੱਕ ਧਾਗੇ ਦੇ ਸਮਾਨ ਹੋਵੇ। ਹਾਲੇਲੂਇਆ ਹਾਲੇਲੂਇਆ। ਜਦੋਂ ਅਸੀਂ ਹੱਥ ਦੇ ਵਿੱਚ ਘੜੀ ਪਾਈ ਹੁੰਦੀ ਹੈ ਨਾ, ਫਿਰ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ।
ਜਿਵੇਂ ਹੱਥ ਦੇ ਵਿੱਚ ਮੁੰਦੀ ਪਾਈ ਹੋਈ ਉਹਨੂੰ ਇਗਨੋਰ ਨਹੀਂ ਕਰਦੇ, ਤੁਸੀਂ ਦੇਖਿਆ ਹੋਣਾ ਜਿਸ ਬੰਦੇ ਨੇ ਮੁੰਦੀ ਪਾਈ ਹੁੰਦੀ ਨਾ ਉਹ ਬੈਠਾ ਵੀ ਉਹ ਐਂ ਬਾਰ ਬਾਰ ਮੁੰਦੀ ਨੂੰ ਐਂ ਕਰਦਾ ਰਹਿੰਦਾ। ਜੇ ਤੇ ਘੜੀ ਪਾਈ ਹੈ ਨਾ ਉਹ ਬਾਰ ਬਾਰ ਉਹਨੂੰ ਪਤਾ ਵੀ ਹੈ ਸਾਹਮਣੇ ਟਾਈਮ ਪੀਸ ਦਾ, ਲੇਕਿਨ ਬਾਰ ਬਾਰ ਉਹ ਟਾਈਮ ਪੀਸ ਵੀ ਦੇਖਦਾ ਆਪਣੀ ਘੜੀ ਵੀ ਦੇਖਦਾ, ਉਹ ਇਗਨੋਰ ਨਹੀਂ ਕਰਦਾ। ਜਦੋਂ ਭੈਣਾਂ ਬਿੰਦੀ ਲਾ ਲੈਂਦੀਆਂ ਨਾ, ਅਗਰ ਉਹ ਸ਼ੀਸ਼ਾ ਦੇਖਣ ਇੱਕ ਵਾਰ ਵੀ ਜਾਂਦੀਆਂ ਉਹ ਆਪਣੀ ਬਿੰਦੀ ਨੂੰ ਵੀ ਜ਼ਰੂਰ ਦੇਖਦੀਆਂ ਕਿ ਇਹ ਗਲਤ ਤਾਂ ਨਹੀਂ ਲਿਖਿਆ। ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਕ ਲੇਡੀਜ਼ ਆਪਣੀ ਬਿੰਦੀ ਦਾ ਔਰ ਇੱਕ ਬੰਦਾ ਆਪਣੀ ਅੰਗੂਠੀ ਔਰ ਆਪਣੀ ਘੜੀ ਦਾ ਧਿਆਨ ਰੱਖਦਾ, ਇਸ ਤਰੀਕੇ ਦੇ ਨਾਲ ਇਹਨਾਂ ਵਚਨਾਂ ਦਾ ਧਿਆਨ ਰੱਖ, ਇਹਨਾਂ ਦੇ ਉੱਤੇ ਮੰਨਣ ਕਰ ਔਰ ਇਹਨਾਂ ਨੂੰ ਸਿਖਾ, ਲਿਖਿਆ ਫਿਰ ਤੇਰਾ ਬੱਚਾ ਤੇਰੀ ਗੱਲ ਨੂੰ ਮੰਨੇਗਾ। ਹਾਲੇਲੂਇਆ। ਬਾਈਬਲ ਦੇ ਵਿੱਚ ਦੇਖਦੇ ਹਾਂ ਕਿ ਯੀਸ਼ੂ ਮਸੀਹ ਨੂੰ ਉਹਨਾਂ ਨੇ ਉਹਨੂੰ ਸਿਖਾਇਆ ਗਿਆ। ਮਰੀਮ ਉਹਨੂੰ ਦੱਸਦੀ ਸੀ ਪਰਮੇਸ਼ੁਰ ਦੇ ਬਾਰੇ, ਦੇਸੀ ਘੇ ਦੇ ਨਾਲੋਂ ਵੀ ਜ਼ਿਆਦਾ ਲੱਗੇ। ਹਾਲੇਲੂਇਆ। ਹਾਲੇਲੂਇਆ। ਇਹ ਗਿਫਟ ਇਹ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਹ ਉਪਹਾਰ ਜਿਹੜੇ ਬੱਚੇ ਆ ਇਹ ਪਰਮੇਸ਼ੁਰ ਨੇ ਸਾਨੂੰ ਦਿੱਤੇ ਆ, ਔਰ ਪਰਮੇਸ਼ੁਰ ਪੁੱਛੇਗਾ ਅਗਰ ਉਹ ਨਿਆਣੇ ਤੋਂ ਬਾਹਰ ਹੋਵੇ, ਪਰਮੇਸ਼ੁਰ ਪੁੱਛੇਗਾ ਤੂੰ ਮੇਰੇ ਬਚਨਾਂ ਦੀ ਸਿੱਖਿਆ ਇਹਨੂੰ ਨਹੀਂ ਦਿੱਤੀ, ਇਸ ਕਰਕੇ ਆਪਣੇ ਪਥ ਤੋਂ ਹਟ ਚੁੱਕਾ ਹੈ, ਆਪਣੇ ਰਸਤੇ ਤੋਂ ਹਟ ਚੁੱਕਾ ਹੈ। ਹਾਲੇਲੂਇਆ। ਹਾਲੇਲੂਇਆ। ਔਰ ਅਗਰ ਖੁਦਾ ਸਾਨੂੰ ਕੁਛ ਦੇਵੇ ਤੇ ਸਾਨੂੰ ਉਹਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਆ, ਉਹਨੂੰ ਅੱਛਾ ਭਵਿੱਖ ਦੇਣ ਦੀ ਜ਼ਰੂਰਤ ਆ, ਉਹ ਅੱਛੀ ਰੀਤੀ ਦੇ ਨਾਲ ਇਸਤੇਮਾਲ ਕਰਨ ਦੀ ਜ਼ਰੂਰਤ ਆ। ਔਰ ਲਿਖਿਆ ਬੱਚੇ ਯਹੋਵਾ ਦੇ ਵੱਲੋਂ ਇੱਕ ਗਿਫਟ ਆ, ਔਰ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਚਲਾਈਏ ਜਿਸ ਤਰ੍ਹਾਂ ਪਰਮੇਸ਼ੁਰ ਦਾ ਵਚਨ ਕਹਿੰਦਾ। ਹਾਲੇਲੂਇਆ। ਹਾਲੇਲੂਇਆ। ਅਗਰ ਸਾਡੇ ਬੱਚੇ ਸਾਡੀ ਵਿਰਾਸਤ ਨੂੰ ਨਾ ਸਾਂਭਣਗੇ ਤੇ ਸਾਨੂੰ ਕਿੰਨਾ ਬੁਰਾ ਲੱਗੇ, ਔਰ ਅਗਰ ਪਰਮੇਸ਼ੁਰ ਦੇ ਬੱਚੇ ਦੀ ਵਿਰਾਸਤ ਨੂੰ ਨਹੀਂ ਸਾਂਭਣਗੇ ਤਾਂ ਉਹਨੂੰ ਵੀ ਤਾਂ ਬੁਰਾ ਲੱਗੇ। ਹਾਲੇਲੂਇਆ। ਹਾਲੇਲੂਇਆ। ਇਸ ਬਾਈਬਲ ਅਸੀਂ ਜਦੋਂ ਘਰ ਦੇ ਵਿੱਚ ਆ, ਕਿੰਨੇ ਬੰਦੇ ਇਸ ਘਰ ਦੇ ਉੱਤੇ ਇੱਦਾਂ ਦੇ ਆ, ਕਿੰਨੇ ਲੋਕਾਂ ਦੇ ਘਰ ਦੇ ਵਿੱਚ ਇਹ ਹੁੰਦਾ ਹੈ ਕਿ ਇੱਕੋ ਹੀ ਬੁਰਸ਼ ਸਾਰੇ ਘਰ ਦਾ ਭਰਦਾ ਹੈ, ਕੋਈ ਇੱਦਾਂ ਦਾ ਹੁੰਦਾ ਮੇਰੇ ਖਿਆਲ ਨਹੀਂ, ਇਕੱਲਾ ਇਕੱਲਾ ਬ੍ਰਸ਼ ਹੈ ਨਾ, ਤੌਲੀਆ ਵੀ ਇਕੱਲਾ ਇਕੱਲਾ ਹੋਏਗਾ, ਅੱਜ ਕੱਲ੍ਹ ਸਾਬਣ ਵੀ ਸਾਰਿਆਂ ਦੇ ਇਕੱਲੇ ਇਕੱਲੇ ਆ, ਇੱਦਾਂ ਹੀ ਆ ਨਾ। ਅਤੇ ਬਾਈਬਲ ਸਾਰੇ ਦਾ ਫਰਜ਼ ਇੱਕੋ ਹੀ ਹੋਈ ਹੈ, ਚਾਹੇ ਅਸੀਂ ਸ਼ੁਰੂ ਤੋਂ ਕ੍ਰਿਸਚਨ ਹਾਂ। ਹਾਲੇਲੂਇਆ। ਤੁਹਾਡੇ ਕੋਲ ਵੱਖਰੀ ਵੱਖਰੀ ਬਾਈਬਲ ਹੋਣੀ ਚਾਹੀਦੀ ਹੈ, ਤਰ੍ਹਾਂ ਤਰ੍ਹਾਂ ਦੀ ਬਾਈਬਲ ਹੋਣੀ ਚਾਹੀਦੀ। ਔਰ ਜਦੋਂ ਤੁਸੀਂ ਉਹਨੂੰ ਬਾਈਬਲ ਨੂੰ ਲੈ ਕੇ ਦਿਓਗੇ ਉਹ ਪੜ੍ਹਨ ਲੱਗ ਪਏਗਾ, ਇਸ ਨੂੰ ਇਹਦੇ ਵਿੱਚ ਰੁਝਾਨ ਰੱਖੇਗਾ, ਫਿਰ ਉਹਨੂੰ ਕੱਪੜੇ ਲੈ ਕੇ ਦਿਓ, ਉਹਨੂੰ ਪਤਾ ਲੱਗੇਗਾ ਕਿ ਪਰਮੇਸ਼ੁਰ ਦੇ ਵਚਨ ਨੂੰ ਸਵੀਕਾਰ ਕਰਨ ਲਈ, ਇਹਨੂੰ ਪੜ੍ਹ ਕੇ ਇਸ ਤੇ ਚੱਲਣ ਦੇ ਲਈ ਆਸ਼ੀਸ਼ ਮੇਰੇ ਮਾਂ ਬਾਪ ਨੇ ਦੇ। ਹਾਲੇਲੂਇਆ। ਹਾਲੇਲੂਇਆ। ਆਓ ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਇਸੇ ਤਰ੍ਹਾਂ ਅਸੀਂ ਆਪਣੇ ਬੱਚੇ ਨੂੰ ਮਜ਼ਬੂਤ ਕਰਾਂਗੇ, ਅਸੀਂ ਉਸ ਨੂੰ ਦੁੱਧ ਜਾਂ ਬਦਾਮ ਦੇ ਨਾਲ ਨਹੀਂ ਤੇਰੇ ਵਚਨਾਂ ਦੇ ਨਾਲ ਮਜ਼ਬੂਤ ਕਰਾਂਗੇ। ਐ ਖੁਦਾਵੰਦ ਯੀਸ਼ੂ ਮਸੀਹਾ, ਭਾਈ ਕਿਉਂਕਿ ਦਾਊਦ ਤੇਰੇ ਵਚਨ ਦੇ ਵਿੱਚ ਕਹਿੰਦਾ ਤੇਰਾ ਵਚਨ ਮੇਰੇ ਅੱਖਾਂ ਦੇ ਲਈ ਦੀਪਕ ਅਤੇ ਮੇਰੇ ਰਾਹ ਦੇ ਲਈ ਉਜਾਲਾ ਆ। ਖੁਦਾਵੰਦ ਉਹ ਕਹਿੰਦਾ ਤੇਰਾ ਵਚਨ ਮੇਰਾ ਬਲ ਆ, ਮੇਰੀ ਢਾਲ ਆ, ਮੇਰੀ ਪਨਾਹ ਆ, ਮੇਰੇ ਸ਼ਰਨ ਸਥਾਨ ਆ। ਉਹ ਬਾਈਬਲ ਵਿੱਚ ਲਿਖਿਆ ਕਿ ਧਰਮੀ ਜਨ ਭੱਜ ਕੇ ਉਹਦੇ ਕੋਲ ਸ਼ਰਨ ਲੈਂਦੇ ਆ ਕਿਉਂਕਿ ਉਹ ਇੱਕ ਉੱਚਾ ਬੁਰਜ ਆ। ਹਾਲੇਲੂਇਆ। ਹਾਲੇਲੂਇਆ। ਮਦਦ ਕਰਾਂਗੇ ਤੁਹਾਨੂੰ ਉਹ ਪਰਮੇਸ਼ਰ, ਮੈਨੂੰ ਅਨੁਗ੍ਰਹਿ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਤੇਰੇ ਵਚਨ ਸਿਖਾ ਸਕਾਂ, ਮੈਂ ਤੇਰੀਆਂ ਗੱਲਾਂ ਸਿਖਾ ਸਕਾਂ, ਮੈਂ ਆਪਣੇ ਬੱਚੇ ਦੇ ਦਿਮਾਗ ਦੇ ਵਿੱਚ ਤੇਰੇ ਵਚਨਾਂ ਨੂੰ ਪਾ ਸਕਾਂ। ਜਿਸ ਤਰੀਕੇ ਦੇ ਨਾਲ ਖੁਦਾਵੰਦ ਮੂਸਾ ਨੇ, ਮੂਸਾ ਦੀ ਮਾਂ ਨੇ ਮੂਸਾ ਨੂੰ ਸਿਖਾਇਆ ਕਿ ਤੂੰ ਇਜ਼ਰਾਈਲੀ ਆ, ਤੂੰ ਮਿਸਰੀ ਨਹੀਂ, ਤੂੰ ਇਜ਼ਰਾਈਲੀ ਆ। ਜਿਸ ਤਰੀਕੇ ਦੇ ਨਾਲ ਖੁਦਾਵੰਦ ਹੈਰੋਦੇਸ਼ ਦੀ ਵਾਈਫ ਨੇ ਆਪਣੀ ਬੇਟੀ ਨੂੰ ਸਿਖਾਇਆ ਸੀ, ਉਹ ਸਿੱਖਿਆ ਦਿੱਤੀ ਸੀ ਕਿ ਪੁੱਤਰ ਪੁੱਛੇ ਬਿਨਾਂ ਕੋਈ ਕੰਮ ਨਹੀਂ ਸੀ ਕਰਦੀ, ਇਸੇ ਤਰ੍ਹਾਂ ਤੂੰ ਮੈਨੂੰ ਅਨੁਗ੍ਰਹਿ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਤੇਰੇ ਵਚਨ ਸਿਖਾਵਾਂ। ਹੈ ਖੁਦਾਵੰਦ, ਮੈਂ ਅਗਰ ਤੇਰਾ ਵਚਨ ਦੱਸਦਾ ਆ ਕਿ ਅਗਰ ਮੈਂ ਤੇਰੇ ਵਚਨ ਆਪਣੇ ਬੱਚਿਆਂ ਨੂੰ ਸਿਖਾਵਾਂਗਾ, ਬੱਚਿਆਂ ਨੂੰ ਸਿਖਾਵਾਂਗੀ, ਤੇ ਜਦੋਂ ਕਾਲਜ ਜਾਂ ਸਕੂਲ ਜਾਂ ਕੰਮ ਤੇ ਜਾਣਗੇ ਮੈਨੂੰ ਉਹਦੀ ਚੌਕਸੀ ਕਰਨ ਦੀ ਜ਼ਰੂਰਤ ਨਹੀਂ ਹੋਏਗੀ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਜਵਾਨ ਆਪਣੀ ਜਵਾਨੀ ਨੂੰ ਕਿਸ ਤਰ੍ਹਾਂ ਸ਼ੁੱਧ ਰੱਖੇ, ਉਹ ਤੇਰੇ ਵਚਨ ਦੇ ਅਨੁਸਾਰ ਸਾਵਧਾਨ ਰਹਿਣ ਦੇ ਨਾਲ ਆਪਣੀ ਜਵਾਨੀ ਨੂੰ ਸ਼ੁੱਧ ਰੱਖੇ। ਪ੍ਰਭੂ ਮੈਨੂੰ ਅਨੁਗ੍ਰਹਿ ਦੇ, ਆਪਣੀ ਉੱਚੀ ਆਵਾਜ਼ ਦੇ ਨਾਲ, ਉੱਚੀ ਆਵਾਜ਼ ਨਾਲ ਮੈਨੂੰ ਅਨੁਗ੍ਰਹਿ ਦੇ, ਮੈਨੂੰ ਅਨੁਗ੍ਰਹਿ ਦੇ, ਮੈਂ ਤੇਰੀ ਸਿੱਖਿਆ ਨੂੰ ਆਪਣੇ ਬੱਚਿਆਂ ਨੂੰ ਦੇ ਸਕਾਂ, ਮੈਂ ਇਹਨਾਂ ਦੇ ਗਿਫਟ ਜੋ ਤੁਸੀਂ ਮੈਨੂੰ ਦਿੱਤਾ ਆ ਇਹ ਉੱਤਮ ਆ, ਇਸ ਨੂੰ ਮੈਂ ਸੰਭਾਲ ਸਕਾਂ ਇਹਨਾਂ ਲੋਕਾਂ ਦੇ ਲਈ। ਤੇਰਾ ਮਸਾ ਇਹਨਾਂ ਦੀ ਜ਼ਿੰਦਗੀ ਦੇ ਸਦਾ ਠਹਿਰਿਆ ਰਵੇ, ਤੇਰਾ ਅਨੁਗ੍ਰਹਿ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਠਹਿਰਿਆ ਰਵੇ ਪਰਮੇਸ਼ੁਰ। ਪਿਆਰੇ ਪਿਤਾ, ਤੇਰੀ ਬਰਕਤ ਇਹਨਾਂ ਸਭ ਲੋਕਾਂ ਦੇ ਉੱਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।